ਕਦੇ ਕਿਤੇ ਜਾਂਦੇ ਆ ਕਦੇ ਕਿਤੇ ਜਾਂਦੇ ਆ ਕਦੇ ਕਿਤੇ ਧਰਨਾ ਲਾਉਂਦੇ ਆ ਵੀ ਕਰੀਏ ਤਾਂ ਕਰੀਏ ਕੀ ਇਹ ਹੋ ਕੀ ਗਿਆ ਕਦੇ ਸੋਚਿਆ ਨਹੀਂ ਸੀ ਕਿਉਂਕਿ ਹਿੰਦੁਸਤਾਨ ਦੇ ਇਤਿਹਾਸ 'ਚ ਕਿੰਨੀਆਂ ਵੀ ਗੌਰਮੈਂਟਾਂ ਆਈਆਂ ਅੱਜ ਤੱਕ ਦਾ ਇਤਿਹਾਸ ਹੈ 70-75 ਸਾਲ ਦਾ ਅੱਜ ਤੱਕ ਕਦੇ ਕਿਸੇ ਗੌਰਮੈਂਟ ਨੇ ਇੱਦਾਂ ਬਿਲਕੁਲ ਵੀ ਨਹੀਂ ਕੀਤਾ ਕਿ ਜੱਟਾਂ ਤੋਂ ਜਾਂ ਕਿਸਾਨਾਂ ਤੋਂ ਜ਼ਿਮੀਦਾਰਾਂ ਤੋਂ ਉਹਨਾਂ ਦਾ ਕਿੱਤਾ ਜਾਣੀ ਕਿ ਖੇਤ ਹੀ ਖੋਲ੍ਹੇ ਇਹ ਕਦੇ ਵੀ ਮਤਲਬ ਇਹਨੂੰ ਖੋਹਣਾ ਹੀ ਕਿਹਾ ਜਾ ਸਕਦਾ ਇਨਡਾਇਰੈਕਟਲੀ ਤਰੀਕੇ 'ਚ ਅੱਜ ਨਹੀਂ ਤਾਂ 4 ਸਾਲ ਨੂੰ ਖੋਲ੍ਹਣਗੇ ਅੱਜ ਸਾਨੂੰ ਲਾਲਚ ਦੇ ਕੇ ਮੋਟੇ ਠੇਕੇ ਦਾ ਜਾਂ ਮੋਟੇ ਪੈਸਿਆਂ ਦਾ ਤਾਂ ਕੰਡਮ ਕਰ ਦੇਣਗੇ ਇਹਨਾਂ 4 ਸਾਲਾਂ ਸਾਡੇ ਕੋਲ ਹੱਲ ਕੋਈ ਹੈ ਨਹੀਂ ਸੋ ਵੀਰੋ ਮੈਨੂੰ ਇਹ ਲੱਗਦਾ ਕਿ ਪੂਰੇ ਪੰਜਾਬ 'ਚ ਧਰਨੇ ਜਿੱਥੇ ਚੱਲ ਰਹੇ ਆ 2-4 ਦਿਨ ਇੱਕ ਹਫ਼ਤਾ ਵੀ ਆਪਾਂ ਕਹਿ ਸਕਦੇ ਹਾਂ ਹੋਰ ਚੱਲਣ ਦਿਓ ਜਿੱਥੇ ਜਿੱਥੇ ਵੀ ਜਥੇਬੰਦੀਆਂ ਧਰਨੇ ਲਾ ਰਹੀਆਂ ਨੇ ਡਟ ਕੇ ਲਾਓ ਪਿੰਡ ਅਸੀਂ ਕੋਸ਼ਿਸ਼ ਕਰਾਂਗੇ ਕਿ ਮਾਝੇ 'ਚ ਵੀ ਇੱਕ ਦੌਰਾ ਕੱਲ੍ਹ ਤੋਂ 2 ਦਿਨ ਲਾਏ ਜਾਣ ਤਰਨ ਤਾਰਨ ਸਾਈਡ ਆਲਰੇਡੀ ਚੱਲ ਰਹੇ ਨੇ ਜਲੰਧਰ ਵੱਲ ਵੀ ਆਪਦੇ ਆਪਦੇ ਥਾਵੇਂ ਇਹ ਨਹੀਂ ਹੈਗਾ ਕਿ ਸਾਡੇ ਆਉਣ ਨਾਲ ਕੋਈ ਵੀ ਉੱਥੇ ਦੇ ਲੋਕਲ ਲੀਡਰ ਨੇ ਜਾਂ ਕੋਈ ਲੀਡਰ ਮਤਲਬ ਸਿਆਸਤ ਨਾ ਕਰੋ ਯਾਰ ਆਪਦੇ ਝੰਡੇ ਨਾ ਲਾਓ ਪਾਰਟੀਆਂ ਦੇ ਜੇ ਝੰਡਾ ਅੱਜ ਚੱਕਣਾ ਤਾਂ ਕਿਸਾਨੀ ਦਾ ਝੰਡਾ ਚੱਕੀਏ ਜਿਹੜੀ ਗੱਲ ਸੱਚ ਹੈ ਅਤੇ ਜਿੱਥੋਂ ਸਾਡਾ ਪਾਰਮਤਾਰਾ ਹੋਣਾ ਜੇ ਆਪਾਂ ਉੱਥੇ ਆਪਦੀ ਪਾਰਟੀ ਦਾ ਝੰਡਾ ਲਾ ਕੇ ਹੱਲ ਕਰਾਂਗੇ ਕਹਾਂਗੇ ਕਿ ਸਾਡੀ ਪਾਰਟੀ ਦਾ ਝੰਡਾ ਅਸੀਂ ਹੱਲ ਕਰਾਵਾਂਗੇ ਲੋਕ ਵੀਰੇ ਇਹ ਕਲੀਅਰ ਕੱਟ ਗੱਲ ਮੈਂ ਪੰਜਾਬੀ 'ਚ ਕਹਿੰਦਾ ਲੋਕ ਗਾਲਾਂ ਹੀ ਕੱਢਦੇ ਨੇ ਕਿਉਂਕਿ ਮੈਨੂੰ ਇੰਨੇ ਦਿਨ ਹੋ ਗਏ ਇਹ ਗਰਾਊਂਡ ਰਿਐਲਿਟੀ ਮੈਂ ਦੱਸਦਾ ਪੰਜਾਬ ਦਾ ਹਰ ਇੱਕ ਬਜ਼ੁਰਗ ਹਰ ਇੱਕ ਨੌਜਵਾਨ ਕਹਿੰਦਾ ਵੀ ਸਾਡੇ ਧਰਨੇ 'ਤੇ ਭਾਈ ਕੋਈ ਵੀ ਬੰਦਾ ਆਪਦੀ ਪਾਰਟੀ ਦਾ ਝੰਡਾ ਨਾ ਲੈ ਕੇ ਆਵੇ ਅਤੇ ਅੱਜ ਹੋਣਾ ਵੀ ਇਹੀ ਚਾਹੀਦਾ ਅਤੇ ਇਹੀ ਸੱਚ ਹੈ ਅਤੇ ਅਗਲੀ ਗੱਲ ਇਹਨਾਂ ਧਰਨਿਆਂ ਤੋਂ ਬਾਅਦ ਜਦੋਂ ਤੁਸੀਂ ਯੂਥ ਨੂੰ ਦੱਸਤਾ ਕਿ ਇਹਨਾਂ ਬਿੱਲਾਂ ਦੇ ਇਹ ਨੁਕਸਾਨ ਨੇ ਅਸੀਂ ਇਹਨਾਂ 'ਚ ਕੋਈ ਸੋਧ ਨਹੀਂ ਚਾਹੁੰਦੇ ਅਸੀਂ ਇਹਨਾਂ 'ਚ ਕੋਈ ਕੁਛ ਨਹੀਂ ਚਾਹੁੰਦੇ ਅਸੀਂ ਪ੍ਰੋਪਰ ਬਾਈਕਾਟ ਚਾਹੁੰਦੇ ਹਾਂ ਜੇ ਸੋਧ ਵੀ ਚਾਹੁੰਦੇ ਹਾਂ ਤਾਂ ਉਹਦੇ 'ਚ ਜਿੰਨੀਆਂ ਸ਼ਰਤਾਂ ਉਹਨਾਂ ਦੀਆਂ ਨੇ ਉਦੋਂ 1.5 ਗੁਣਾ ਸ਼ਰਤਾਂ ਜਿੰਨੇ ਜਿਹੜੀਆਂ ਉਹ ਸਾਡੀਆਂ ਰੱਖੀਆਂ ਜਾਣ ਕਿਉਂਕਿ ਅਸੀਂ ਪੰਜਾਬ ਦੇ ਮਾਲਕ ਹਾਂ ਅਸੀਂ ਆਪਣੇ ਖੇਤਾਂ ਦੇ ਮਾਲਕ ਹਾਂ ਇਹ ਤਾਂ ਉਹ ਗੱਲ ਹੋ ਗਈ ਨਾ ਵੀ ਸਿੱਧਾ ਇੱਦਾਂ ਖੋਹਣ ਵਾਲਾ ਕੰਮ ਹੋ ਗਿਆ ਸਿੱਧੀ ਜ਼ਹਿਰ ਲਿਆ ਕੇ ਸਾਨੂੰ ਖਿਲਾਉਣ ਲੱਗੇ ਆ ਵੀ ਆਹ ਚੱਕੋ ਖਾਓ ਅਤੇ ਮਰ ਜਾਓ ਅਸੀਂ ਉਹ ਤੋਂ ਬਾਅਦ 'ਚ ਕਾਬਜ਼ਾ ਕਰਾਂਗੇ ਨਹੀਂ ਤੁਸੀਂ ਪਹਿਲਾਂ ਸਾਨੂੰ ਦਿੱਤਾ ਕੀ ਹੈ ਜੇ ਤੁਸੀਂ ਅੱਜ ਸਾਡੇ ਤੋਂ ਮੰਗ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਕਿਸਾਨ ਦੀ ਇਨਕਮ ਆ ਜਿਹੜੀ ਉਹ ਡਬਲ ਹੋ ਜਾਊਗੀ ਕਿਵੇਂ ਹੋ ਜਾਊਗੀ ਇੱਦਾਂ ਤਾਂ ਨਹੀਂ ਹੋਣ ਲੱਗੀ ਚਲੋ ਮੰਨ ਲਿਆ ਕਿ ਸਾਲ ਲਈ ਹੋ ਜੂ 2 ਸਾਲਾਂ ਲਈ ਹੋ ਜੂ ਵੈਸੇ ਤਾਂ ਹੋਣੀ ਨਹੀਂ ਤੁਸੀਂ ਥੋੜ੍ਹੇ ਬਹੁਤੇ ਪੈਸੇ ਇੱਕ ਜਦੋਂ ਕੋਈ ਵੀ ਸਾਜਿਸ਼ ਬਣਦੀ ਹੈ ਤਾਂ ਉੱਥੇ ਪੈਸੇ ਨਾਲ ਪੈਸਾ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਤੁਸੀਂ ਦੇ ਵੀ ਦਿਓਗੇ ਉਦੋਂ ਬਾਅਦ 'ਚ ਕੀ ਹੋਊਗਾ ਫਿਰ ਸਾਡੇ ਤਾਂ ਰਿਸ਼ਤੇ ਵੀ ਕੀਲੇ ਦੇਖ ਕੇ ਹੁੰਦੇ ਨੇ ਜਦੋਂ ਤੁਸੀਂ ਖੋਲੋਗੇ ਤਾਂ ਫਿਰ ਸਾਡੇ ਤਾਂ ਪੱਲੇ ਕੁਛ ਨਹੀਂ ਰਹਿ ਜਾਣਾ ਸੋ ਤਾਂ ਕਰਕੇ ਇਹ ਜਿਹੜਾ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਦਾ ਪੰਜਾਬ 5 ਸਾਲ ਹੋ ਗਏ ਮੈਨੂੰ ਗਾਉਂਦੇ ਨੂੰ ਇਕੱਲਾ ਪਿੰਡ ਦਾ ਦੌਰਾ ਮੈਂ ਕੀਤਾ ਮਹਾਰਾਜ ਦੀ ਕਿਰਪਾ ਨਾਲ ਜਿੱਥੇ ਪੰਜਾਬੀ ਵੱਸਦੇ ਨੇ ਮੈਂ ਹਰ ਇੱਕ ਥਾਵੇਂ ਗਿਆ ਅੱਜ ਤੱਕ ਮੈਂ ਕਦੇ ਵੀ ਇੰਨਾ ਰੋਸ ਨਹੀਂ ਦੇਖਿਆ ਅਸੀਂ ਕਲਾਕਾਰ ਸੜਕਾਂ 'ਤੇ ਆ ਕੇ ਬਹਿ ਗਏ ਦੀ ਸਾਡੀ ਜਮਾਤ ਇੰਨੀ ਮੰਨ ਲਓ ਵੀ ਇੱਕ ਆਰਟਿਸਟ ਦਾ ਇੱਕ ਵੱਖਰਾ ਜਿਹਾ ਔਰਾ ਹੁੰਦਾ ਇੱਕ ਵੱਖਰਾ ਜਿਹਾ ਸੁਭਾਅ ਹੁੰਦਾ ਠੀਕ ਹੈ ਡਿਪਲੋਮੈਟਿਕ ਜਿਹਾ ਅਨਸਰ ਅਸੀਂ ਦੇ ਦਿੰਦੇ ਹਾਂ ਹਰ ਵਾਰ ਵੀ ਨਾਲ ਆ ਨਾਲ ਆ ਪਰ ਕੋਈ ਇੱਦਾਂ ਸੜਕਾਂ 'ਤੇ ਨਹੀਂ ਆਉਂਦਾ ਘਰੋਂ ਨਿਕਲ ਕੇ ਕੋਈ ਇੱਦਾਂ ਨਹੀਂ ਅੜਦਾ ਵੀ ਹਾਂ ਯਾਰ ਇਹ ਤਾਂ ਸਾਨੂੰ ਤਾਂ ਮਾਰ ਹੀ ਦਿੱਤਾ ਜੇ ਅੱਜ ਆ ਰਹੇ ਹਾਂ ਤਾਂ ਵੀਰੋ ਤੁਸੀਂ ਇਹ ਵੀ ਸਮਝੋ ਕੋਈ ਨਾ ਕੋਈ ਤਾਂ ਮੁੱਦਾ ਹੋਊਗਾ ਨਾ ਇਹ ਗੱਲ ਸੀਰੀਅਸ ਹੋਊਗੀ ਪੰਜਾਬ ਦਾ ਬੱਚਾ ਬੱਚਾ ਬਜ਼ੁਰਗ ਬਜ਼ੁਰਗ ਹਰ ਇੱਕ ਥਾਂ 'ਤੇ ਪ੍ਰੋਟੈਸਟ ਕਰਦਾ ਫਿਰਦਾ ਉਹਦਾ ਕਾਰਨ ਇਹੀ ਆ ਕਿ ਇਹ ਸਾਜਿਸ਼ ਦੇ ਤਹਿਤ ਸਾਡੇ ਤੋਂ ਚੀਜ਼ਾਂ ਖੋਹੀਆਂ ਜਾ ਰਹੀਆਂ ਨੇ ਚੀਜ਼ਾਂ ਵੀ ਕੀ ਕੁੱਲ ਮਿਲਾ ਕੇ ਸਾਡੇ ਕੋਲ ਜ਼ਮੀਨ ਹੀ ਬਚੀ ਸੀ ਜਿਹੜੇ ਪੰਜਾਬ 'ਤੇ 4 ਫੁੱਟ ਅਤੇ 5 ਫੁੱਟ 'ਤੇ ਪਾਣੀ ਸੀ ਹਰ ਇੱਕ ਰਾਹ 'ਤੇ ਨਲਕਾ ਸੀ ਅੱਜ ਉਹੀ ਪਾਣੀ 400 ਫੁੱਟ 'ਤੇ ਹੋ ਗਿਆ ਅਤੇ ਉਹਦੇ 'ਚ ਵੀ ਹਰੇਕ ਸੀਜ਼ਨ 'ਚ ਟੋਟਾ ਪੈਂਦਾ 15 ਫੁੱਟ ਦਾ ਜਾਂ 50 ਫੁੱਟ ਦਾ ਜਿੱਥੇ ਵੀ ਜਿਵੇਂ ਜਿਵੇਂ ਏਰੀਏ ਦੇ ਹਿਸਾਬ ਨਾਲ ਪਹਿਲਾਂ ਹਰੀ ਕ੍ਰਾਂਤੀ ਦੇ ਨਾਂ 'ਤੇ ਸਾਡੇ ਪਿੱਠ 'ਚ ਛੁਰਾ ਮਾਰਿਆ ਗਿਆ ਜਿਹਦੀ ਸਾਨੂੰ ਜਮ੍ਹਾਂ ਲੋੜ ਨਹੀਂ ਸੀ ਚਲੋ ਸੰਤ ਸਮਾਨਾ ਵੱਧ ਗਿਆ ਅਸੀਂ ਸੋਲ ਹੋ ਗਏ ਯੂਰੀਆ ਲਿਆ ਕੇ ਸਾਡੇ ਖੇਤਾਂ 'ਚ ਬਾੜਤਾ ਜਿਹੜਾ ਮੋਦੀ ਜੀ ਤੁਸੀਂ ਇਹ ਖੂਨ ਕਿਸਾਨਾਂ ਦਾ ਪੀਣਾ ਚਾਹੁੰਦੇ ਹੋ ਨਾ ਜੀ ਉਹਦੇ 'ਚ ਇੰਨਾ ਜ਼ਹਿਰ ਹੈ ਤੁਹਾਡਾ ਪਾਇਆ ਹੋਇਆ ਤੁਸੀਂ ਪੀ ਕੇ ਉਹਨੂੰ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਇਹ ਅਡਾਨੀ ਅਬਾਨੀ ਟਾਟੇ ਬਿਰਲੇ ਕੰਪਨੀ ਵਾਲੇ ਸਾਡਾ ਖੂਨ ਇਹ ਜ਼ਿਮੀਦਾਰਾਂ ਦਾ ਕਿਸਾਨਾਂ ਦਾ ਪੀਣਾ ਚਾਹੁੰਦੇ ਹੋ ਉਹ ਪੀ ਕੇ ਤੁਸੀਂ ਬਚ ਜਾਓਗੇ
ਆਲਰੇਡੀ ਉਹਦੇ ਚ ਬਹੁਤ ਜ਼ਹਿਰ ਹੈ। ਤੁਹਾਡੀ ਸਰਕਾਰ ਨੇ ਹਰੀ ਕ੍ਰਾਂਤੀ ਦੇ ਨਾਂ ਤੇ ਜਿਹੜਾ ਪਾਇਆ ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਦੇ ਖਿਲਾਫ ਵੱਡੇ ਧਰਨੇ ਤੇ ਰੋਸ ਮੁਜ਼ਾਹਰੇ ਹੋ ਰਹੇ ਨੇ, ਇਸੇ ਸੰਬੰਧ ਦੇ ਵਿੱਚ ਅੱਜ ਜਸ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਤੇ ਵੱਡੇ ਖੁਲਾਸੇ ਕੀਤੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਜਸ ਬਾਜਵਾ ਦੇ ਇਸ ਲਾਈਵ ਵੱਲ ਅਤੇ ਦੇਖਦੇ ਹਾਂ ਉਹਨਾਂ ਨੇ ਕਿਹੜੇ ਵੱਡੇ ਖੁਲਾਸੇ ਕੀਤੇ। ਨਾਲ ਹੀ ਅੱਜ ਮੋਹਾਲੀ ਵਿਖੇ ਜੋ ਸਿੱਧੂ ਉਸ ਵੇਲੇ ਦੀ ਕਾਲ ਤੇ ਇੱਕ ਧਰਨਾ ਲੱਗ ਰਿਹਾ, ਉਸ ਦੇ ਹਰ ਇੱਕ ਅਪਡੇਟ ਅਤੇ ਲਾਈਵ ਵੀਡੀਓ ਦੇ ਲਈ ਅਨਲਿਮਟਡ ਗਿਆਨ ਨੂੰ ਹੁਣੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਜ਼ਰੂਰ ਆਨ ਕਰ ਲਓ ਤੇ ਨਾਲ ਹੀ ਅਨਲਿਮਟਡ ਗਿਆਨ ਦੇ ਨਾਲ ਬਣੇ ਰਹੋ ਹਰ ਇੱਕ ਲਾਈਵ ਦੇਖਣ ਦੇ ਲਈ। ਸਾਡਾ ਸੁਣਦੀ ਰਹੇ, ਤੁਹਾਡਾ ਮੀਡੀਆ ਸਾਡਾ ਕੋਈ ਬਿਆਨ ਨਹੀਂ ਚਲਾ ਰਿਹਾ। ਅਸੀਂ ਪਿੱਟ ਪਿੱਟ ਕੇ ਮਰ ਗਏ, ਸਾਡੀਆਂ ਭੈਣਾਂ ਸੜਕਾਂ 'ਤੇ ਆ ਗਈਆਂ, ਸਾਡੇ ਬਜ਼ੁਰਗ ਸੜਕਾਂ 'ਤੇ ਆ ਗਏ, ਸਾਡੇ ਫਸਲ ਖੇਤਾਂ 'ਚ ਪੱਕੀ ਖੜ੍ਹੀ ਹੈ, ਅਸੀਂ ਉਹ ਸਾਂਭੀਏ ਕਿ ਧਰਨੇ ਦੇਈਏ, ਪਰ ਤੁਹਾਡੇ ਕੰਨ 'ਤੇ ਜੂੰ ਤੱਕ ਨਹੀਂ ਸੁਣਦੀ। ਕਿਸੇ ਮੀਡੀਆ ਨੇ, ਨੈਸ਼ਨਲ ਮੀਡੀਆ ਨੇ ਸਾਡਾ ਦੁਖਾਂਤ ਸਾਡੇ ਤੱਕ ਪਹੁੰਚਾਇਆ ਨਹੀਂ ਕਿ ਪੰਜਾਬ 'ਚ ਥਾਂ ਥਾਂ 'ਤੇ ਬੱਚਾ ਬੱਚਾ 14 ਸਾਲ ਤੋਂ ਲੈ ਕੇ 90 ਸਾਲ ਦਾ ਬਜ਼ੁਰਗ ਅੱਜ ਜੇ ਇਹ ਗੱਲ ਕਹਿ ਰਿਹਾ ਕਿ ਅਸੀਂ ਇਹ ਆਪਦੇ ਹੱਕ ਨਹੀਂ ਛੱਡਾਂਗੇ, ਤਾਂ ਉਹਦੇ 'ਚ ਕੋਈ ਨਾ ਕੋਈ ਕਾਰਨ ਤਾਂ ਹੋਊਗਾ ਹੀ ਨਾ। ਇਹ ਮਸਲਾ ਸਾਡੀ ਹੋਂਦ 'ਤੇ ਆ ਕੇ ਟਿਕ ਗਿਆ ਅਤੇ ਪਹਿਲੀ ਤਾਂ ਕਲੀਅਰ ਕੱਟ ਗੱਲ ਇਹ ਆ ਕਿ ਅਸੀਂ ਨਹੀਂ ਛੱਡਾਂਗੇ। ਦੂਜੀ ਗੱਲ ਇਹ ਆ, ਜੇ ਤੁਸੀਂ ਸਾਡੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹੋ ਜਾਂ ਕੋਈ ਸਾਡੇ ਨਾਲ ਹੱਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਬੁੱਧੀਜੀਵੀਆਂ ਨੂੰ ਬੁਲਾਓ, ਚਾਰ ਸਾਡੇ ਭਰਾ ਨੇ, ਜਥੇਬੰਦੀਆਂ ਦੀ ਮੀਟਿੰਗ ਰੱਖੋ, ਉਹਨਾਂ ਦੀ ਸਲਾਹ ਲਓ, ਇਹਨਾਂ ਬਿੱਲਾਂ 'ਚ ਸਾਡੇ ਮੁਤਾਬਕ ਜੇ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ ਤਾਂ ਸਾਡੀ ਗੱਲ ਸੁਣ ਕੇ ਇਹਨਾਂ ਬਿੱਲਾਂ ਨੂੰ ਸਾਡੇ ਮੁਤਾਬਕ ਲਾਗੂ ਕਰੋ, ਤਾਂ ਜਾ ਕੇ ਇਹ ਗੱਲ ਸਿਰੇ ਚੜੂਗੀ, ਨਹੀਂ ਉਦੋਂ ਬਿਨਾਂ ਇਹ ਹੱਲ ਨਹੀਂ ਕਦੇ ਵੀ ਹੋਊਗਾ। ਠੀਕ ਆ, ਬੜਾ ਪੰਜਾਬ ਨੂੰ ਇੰਟਰਨੈਸ਼ਨਲ ਪੱਧਰ 'ਤੇ ਕੀਤਾ ਗਿਆ ਬਦਨਾਮ ਕਿ ਇੱਥੇ ਚਿੱਟਾ ਜੀ, ਇੱਥੇ ਇਹ ਪੰਜਾਬ, ਹੁਣ ਉਹ ਪੰਜਾਬ ਨਹੀਂ ਰਿਹਾ। ਹੋਰ ਕਿਹੜਾ ਪੰਜਾਬ ਹੈ ਜੇ ਉਹ ਪੰਜਾਬ ਨਹੀਂ ਰਿਹਾ? ਅੱਜ ਉਹੀ ਭਗਤ ਸਿੰਘ ਵਾਲਾ ਪੰਜਾਬ ਹੈ ਨਾ ਜਿਹੜਾ ਸੜਕਾਂ 'ਤੇ ਹੈ, ਇਹ ਉਹੀ ਪੰਜਾਬ ਹੈ। ਤੁਹਾਡੇ ਕਹਿਣ ਨਾਲ ਇਹ ਬਦਲਿਆ ਨਹੀਂ ਜਾਊਗਾ, ਇਹ ਜਿਹੜੇ ਸਾਡੇ ਕਣ ਨੇ ਸਾਡੇ ਖੂਨ 'ਚ, ਇਹ ਸਾਡੇ ਪੂਰਵਜਾਂ ਦੀ ਨੇ, ਸਾਡੇ ਬਜ਼ੁਰਗਾਂ ਨੇ ਮਿਹਨਤਾਂ ਨਾਲ ਇਹ ਜ਼ਮੀਨਾਂ ਬਣਾਈਆਂ ਨੇ। ਸੋ ਅਸੀਂ ਕਿਸੇ ਰਜਵਾੜਿਆਂ ਨੂੰ ਇੱਦਾਂ ਹੀ ਟੇਕ ਓਵਰ ਨਹੀਂ ਕਰ ਦਾਂਗੇ ਥਾਲੀ 'ਚ ਪਾ ਕੇ ਵੀ ਹੱਲ ਲੈ ਲਓ। ਜੇ ਜ਼ਮੀਨਾਂ ਸਾਡੇ ਤੋਂ ਲੈ ਕੇ ਖੋ ਕੇ ਸਾਡੇ ਤਾਂ ਪੱਲੇ ਉੱਦਾਂ ਹੀ ਕੁਛ ਨਹੀਂ ਬਚਿਆ। ਇਹ ਲੜਾਈ ਉਹਨਾਂ ਦੀ ਹੈ, ਸਾਡੇ ਆਉਣ ਵਾਲੇ ਭਵਿੱਖ ਦੀ ਹੈ, ਸਾਡੇ ਉਸ ਭਵਿੱਖ ਦੀ ਹੈ ਮੋਦੀ ਜੀ, ਜਿਹਨੂੰ ਤੁਸੀਂ ਕਹਿੰਦੇ ਹੋ ਨਾ ਜੀ ਆਏ ਸਾਲ 2 ਕਰੋੜ ਨੌਕਰੀ ਦਊਂਗਾ। ਬੱਚਾ ਬੱਚਾ ਕਾਲਾ ਧਨ ਤੁਸੀਂ ਕਹਿੰਦੇ ਹੋ ਕਿ 15-15 ਲੱਖ ਹਰੇਕ ਦੇ ਖਾਤੇ 'ਚ ਆਊਗਾ, ਕਾਲਾ ਧਨ ਵਾਪਸ ਆਇਆ ਨਹੀਂ। ਜਿਹੜਾ ਤੁਹਾਡਾ ਦੋਸਤ, ਜਿਹੜਾ ਤੁਹਾਡਾ ਬੇਲੀ ਬਾਬਾ ਰਾਮਦੇਵ ਆਯੁਰਵੇਦਿਕ ਦਾ ਢੰਡੋਰਾ ਪਿੱਟਦਾ ਸੀ, ਅੱਜ 1,000,000,000 ਕਰੋੜ ਰੁਪਏ ਦੀ ਫਰਮ ਬਣ ਚੁੱਕਿਆ ਉਹ ਬੰਦਾ ਆਯੁਰਵੇਦਿਕ ਦੇ ਨਾਂ 'ਤੇ। ਸਭ ਨੂੰ ਪਤਾ, ਸਭ ਤੋਂ ਪਹਿਲਾਂ ਉਹਨੇ ਮੁੱਦਾ ਚੱਕਿਆ ਸੀ ਕਿ ਕਾਲਾ ਧਨ ਲੈ ਕੇ ਆਵਾਂਗੇ, ਕਾਲਾ ਧਨ ਲੈ ਕੇ ਆਵਾਂਗੇ, ਉਹ ਉਲਟ ਗਿਆ। ਕਾਲਾ ਧਨ ਵਿਜੇ ਮਾਲਿਆ ਆਇਆ ਨਹੀਂ ਵਾਪਸ। ਸਵਿਸ ਬੈਂਕ ਦੀ ਤੁਸੀਂ ਅੱਜ ਤੱਕ ਕਦੇ 6 ਸਾਲਾਂ 'ਚ ਗੱਲ ਨਹੀਂ ਕੀਤੀ, ਜਿਹੜੇ ਦੇ ਨਾਂ 'ਤੇ ਤੁਸੀਂ ਵੋਟਾਂ ਲਈਆਂ ਸੀ ਲੋਕਾਂ ਤੋਂ ਕਿ ਹਾਂ ਮੁੱਦੇ ਦੇ ਕੇ 2 ਕਰੋੜ ਨੌਕਰੀ, 15 ਲੱਖ ਰੁਪਈਆ, ਕਾਲਾ ਧਨ ਵਾਪਸ ਲਿਆਵਾਂਗੇ। ਉਲਟਾ ਹੋਇਆ ਕੀ? ਨੌਕਰੀ ਦਿਖਾ ਦਿਓ ਪੰਜਾਬ ਦੇ ਕਿਹੜੇ ਨੌਜਵਾਨ ਨੂੰ ਨੌਕਰੀ ਹੈ? ਕਰਜ਼ੇ ਸਾਡੇ ਸਿਰਾਂ 'ਤੇ ਡਬਲ ਹੋਈ ਜਾਂਦੇ ਨੇ। ਹੋਇਆ ਉਲਟਾ ਇਹ ਆ ਕਿ ਸਾਡਾ ਪੈਸਾ ਵਾਪਸ ਜਾ ਵੜਿਆ, ਨੀਰਵ ਮੋਦੀ ਭੱਜ ਗਿਆ, ਵਿਜੇ ਮਾਲਿਆ ਉਹ ਜਾ ਵੜਿਆ, ਉਹਨਾਂ ਨੂੰ ਤਾਂ ਤੁਸੀਂ ਲੈ ਕੇ ਨਹੀਂ ਆ ਸਕੇ। ਤੁਸੀਂ ਕਾਲਾ ਧਨ ਕੀ ਲੈ ਕੇ ਆਉਂਗੇ? ਜਿਹੜਾ ਸੀਗਾ ਤਾਂ ਉਹ ਵੀ ਲੈ ਕੇ ਜਾ ਵੜੇ, ਵੀ ਉਹਨਾਂ ਦਾ ਤਾਂ ਹੱਲ ਕਰੋ ਨਾ।